ਤੇ ਅਗਲੀ ਖਬਰ ਵੱ ਚਲੀਏ ਕੈਲੀਫੋਰਨੀਆ ਬਹੁਤ ਸਾਰੀਆਂ ਹਿਡਨ ਕੋਸਟ ਹੁੰਦੀਆਂ ਹੋਟਲ ਤੇ ਟਿਕਟ ਪ੍ਰਾਈਸ ਦੇ ਵਿੱਚ ਉਸ ਨੂੰ ਬੈਨ ਕਰਨ ਜਾ ਰਿਹਾ ਹੈ ਉਸ ਨੂੰ ਆਊਟ ਲਾ ਕਰਨ ਜਾ ਰਿਹਾ ਹੈਗਾ ਅਗਲੇ ਸਾਲ ਤੱਕ ਇਹ ਸ਼ੁਰੂ ਹੋਊਗਾ ਜੋ ਨਵਾਂ ਲਾ ਮਾਰਨ ਜਾ ਰਿਹਾ ਜਿਹਦੇ ਮੁਤਾਬਕ ਹੈ ਗਵਰਨਰ ਗੈਬੋ ਨਿਊਸਮ ਹੋਣਾ ਨੇ ਇਸ ਬਿਲ ਨੂੰ ਸਾਈਨ ਕੀਤਾ ਜੋ ਅਫੈਕਟਿਵ ਹੋਊਗਾ ਜੁਲਾਈ 1 2024 ਤੋਂ ਈ ਵਾਈਡਰਨ ਸਟੇਸ਼ਨ ਵੀ ਕਾਲ ਕਰ ਰਿਹਾ ਕ੍ਰੈਕਡਾਊਨ ਜਿਹੜੀ ਜੰਕ ਫੀਸ ਹੁੰਦੀ ਆ ਜਿਹਨੂੰ ਜਿਹੜਾ ਹੈਡਨ ਹੁੰਦੀ ਆ ਉਹਨੂੰ ਉਸ ਜਿਸ ਟਾਈਮ ਤੁਸੀਂ ਪੇ ਕਰਦੇ ਹੋ ਉਸੇ ਟਾਈਮ ਪਤਾ ਚੱਲਦਾ ਹੈ ਪਹਿਲਾਂ ਉਹ ਦੱਸਿਆ ਨਹੀਂ ਜਾਂਦਾ ਹੈ ਕਹਿੰਦੇ ਵੀ ਹਰ ਸਾਲ ਅਮਰੀਕਨ 29 ਬਿਲੀਅਨ ਡਾਲਰ ਜੰਕ ਫੀਸ ਦੇ ਵਿੱਚ ਪੇ ਕਰਦੇ ਆ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਮੀਰੋ ਉਹਦੀ ਜਿਹੜੀ ਆ ਰਿਪੋਰਟ ਆਈ ਹੈਗੀ ਜੀ ਕਹਿੰਦੇ ਵੀ ਇਹ ਕਾਫੀ ਵੱਡਾ ਜਿਹੜਾ ਇਹ ਨੰਬਰ ਆ ਤੇ ਕੈਲੀਫੋਰਨੀਆ ਦਾ ਲਾ ਇਦਾਂ ਦੀ ਜਿਹੜੀ ਡ੍ਰਿਪ ਪ੍ਰਾਈਸਿੰਗ ਉਸ ਨੂੰ ਹੁਣ ਰੋਕੇਗਾ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਐਡਵਰਟਾਈਜ਼ ਨਹੀਂ ਕਰਦੀਆਂ ਕਸਟਮਰ ਨੂੰ ਵੀ ਐਕਚੁਅਲ ਪ੍ਰਾਈਸ ਜਿਹੜਾ ਆ ਉਹਨਾਂ ਦੀ ਪ੍ਰੋਡਕਟ ਦਾ ਜਾਂ ਸਰਵਿਸ ਦਾ ਕੀ ਹੋਊਗਾ ਤੇ ਹੁਣ ਲਾ ਕਹਿੰਦੇ ਆ ਵੀ ਇਹ ਬੰਦ ਨਹੀਂ ਕਰ ਰਿਹਾ ਕੰਪਨੀਆਂ ਨੂੰ ਵੀ ਪ੍ਰਾਈਸ ਕਿੰਨਾ ਸੈੱਟ ਕਰਨਾ ਆ ਪਰ ਇਹ ਰੈਗੂਲੇਟ ਕਰ ਰਿਹਾ ਵੀ ਕੰਪਨੀਆਂ ਕਿੱਦਾਂ ਐਡਵਰਟਾਈਜ਼ ਕਰ ਸਕਦੀਆਂ ਆ ਆਪਣੇ ਜਿਹੜੇ ਪ੍ਰੋਡਕਟ ਤੇ ਸਰਵਿਸਿਜ਼ ਦੇ ਪ੍ਰਾਈਸ ਨੂੰ ਤੇ ਕੀ ਜਿਹੜਾ ਉਹਨਾਂ ਨੇ ਡਿਸਪਲੇ ਕਰਨਾ ਕਿਉਂਕਿ ਇਹ ਧੋਖੇ ਦੇ ਨਾਲ ਹੀ ਕੈਸ ਲੋ ਵੀ ਜਿਆਦਾ ਮਨੀ ਜਿਹੜੀ ਆ ਉਹ ਲੋਕਾਂ ਦੇ ਕੋਲੋਂ ਹਥਿਆ ਲੈਂਦੇ ਆ ਇਸ ਦੇ ਨਾਲ ਜਿਹੜੇ گورنر ਨਿਊਸਮਾਉਂ ਨੇ ਹੋਰ ਵੀ ਬਹੁਤ ਸਾਰੇ ਬਿੱਲਾਂ ਦੇ ਉੱਤੇ ਜਿਹੜੇ ਉਹ ਸਾਈਨ ਕੀਤੇ ਕੋਸ਼ਕ ਬਿਲਸ ਦੇ ਬਾਰੇ ਆਪਾਂ ਪਹਿਲਾਂ ਵੀ ਜਿਹੜੀ ਉਹ ਸਵੇਰ ਵਾਲੇ ਪ੍ਰੋਗਰਾਮ ਚ ਜਾਣਕਾਰੀ ਦਿੱਤੀ ਸੀ ਸਕਿੱਟਲਜ਼ ਬੈਨ ਲਾਅ ਜਿਹੜਾ ਆ ਉਹ ਹੁਣ ਕਾਨੂੰਨ ਬਣ ਗਿਆ ਆ ਨਿਊਸਮ ਹੁਣਾਂ ਨੇ ਜਿਹੜਾ ਮੋਡੀਫਾਈਡ ਲਾਅ ਸੀਗਾ ਬਿੱਲ ਸੀਗਾ ਪਾਸ ਹੋਇਆ ਉਸ ਦੇ ਉੱਤੇ ਸਾਈਨ ਜਿਹੜੇ ਉਹ ਕਰ ਦਿੱਤੇ ਹੈਗੇ ਉਹਨਾਂ ਨੇ ਯੂਰਪ ਤੋਂ ਇੱਕ ਜਿਹੜੀ ਸਕੈਟਲ ਦਾ ਪੈਕੇਟ ਆ ਉਹ ਵੀ ਲਿਆ ਕੇ ਦਿਖਾਇਆ ਉਹ ਕਹਿੰਦੇ ਵੀ ਦੇਖੋ ਵੀ ਇੱਥੋਂ ਇਹ ਅਸੀਂ ਦਰਸਾਉਣਾ ਚਾਹੁੰਦੇ ਆ ਵੀ ਜੇ ਕੰਪਨੀਆਂ ਕਰਨਾ ਚਾਹਣ ਤਾਂ ਸਭ ਕੁਝ ਜਿਹੜਾ ਉਹ ਕਰਦੀਆਂ ਕਿਉਂਕਿ ਯੂਰਪ ਵਿੱਚ ਅਜਿਹੇ ਜਿਹੜੇ ਇੰਗਰੀਡੀਅੰਟ ਆ ਉਹ ਬੈਨ ਨੇ ਜਿਸ ਕਰਕੇ ਜਿਹੜੇ ਹਾਰਮਫੁਲ ਕੈਮੀਕल्स ਕਹ ਲੋ ਵੀ ਉਹ ਲੋਕਾਂ ਦੇ ਸਰੀਰ ਦੇ ਚ ਜਾਣ ਤੋਂ ਜਿਹੜੇ ਉਹ ਬਚ ਜਾਂਦੇ ਆ ਹੁਣ ਬਹੁਤ ਸਾਰੇ ਜਿਹੜੇ ਇНГਰੀਡੀਐਂਟਸ ਜਿਹਦੇ ਉੱਤੇ ਇਸ ਬਿਲ ਦੇ ਤਹਿਤ ਬੈਨ ਜਿਹੜਾ ਆ ਉਹ ਲਗਾਇਆ ਗਿਆ ਆ ਵੀਕਐਂਡ ਦੇ ਉੱਤੇ ਗਵਰਨਰ ਨਿਊਸਮ ਨੇ 324 ਬਿਲਾਂ ਦੇ ਉੱਤੇ ਸਾਈਨ ਕੀਤਾ ਤੇ 144 ਜਿਹੜੇ ਆ ਉਹਨਾਂ ਨੂੰ ਵੀਟੋ ਜਿਹੜਾ ਉਹ ਕੀਤਾ ਆ ਹੁਣ ਅਗਲੇ ਵੀਕਐਂਡ ਦੀ ਇਹਨਾਂ ਦੇ ਕੋਲ ਡੈਡਲਾਈਨ ਆ ਉਸ ਤੋਂ ਉਸ ਦੇ ਦਰਮਿਆਨ ਵੀ ਇਹਨਾਂ ਨੇ ਹੋਰ ਕਈ ਜਿਹੜੇ ਦਰਜਣਾ ਹੀ ਜਿਹੜੇ ਆ ਬਿਲਸ ਨੂੰ ਹੋਰ ਪੜ੍ਹ ਕੇ ਸਾਈਨ ਜਾਂ ਉਸ ਦੇ ਉੱਤੇ ਵੀਟੋ ਜਿਹੜੇ ਉਹ ਕਰਨਗੇ 30% ਦੇ ਕਰੀਬ ਜਿਹੜੇ ਬਿਲ ਅਸੈਂਬਲੀ ਤੇ ਸੈਨੇਟ ਦੇ ਵਿੱਚ ਪਾਸ ਹੋ ਗਿਆ ਸੀ ਤੇ ਗਵਰਨਰ ਗੈਬਨਿਊਸ ਉਹਨਾਂ ਦੇ ਕੋਲ ਪਹੁੰਚੇ ਹੋਏ ਸੀ ਉਹਨਾਂ ਨੇ ਉਹਨਾਂ ਨੂੰ ਵੀਟੋ ਕੀਤਾ ਹੈਗਾ ਇਹਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਸਕੂਲ ਦੇ ਨਾਲ ਰਿਲੇਟਡ ਹੋਰ ਬਿਜ਼ਨੈਸਸਰズ ਨਾਲ ਰਿਲੇਟਡ ਕਾਫੀ ਜਿਹੜੇ ਇਹ ਬਿੱਲ ਸੀ ਕੁਝ ਕੁ ਬਿਲ ਵਾਲੇ ਗੁੱਡ ਵੀ ਸੀ ਜਿੱਦਾਂ ਅ ਇਨਸੂਲਿਨ ਦੀ ਕੋਸਟ ਨੂੰ ਲੈ ਕੇ ਕਿ ਉਹਦੀ ਘਟਨੀ ਸੀ ਉਹ ਬਿੱਲ ਵੀ ਇਹਨਾਂ ਨੇ ਜਿਹੜਾ ਆ ਵੀਟੋ ਕਰ ਦਿੱਤਾ ਹੈਗਾ ਆ ਯੂਰੋ ਰੁਪਏ ਜਿਹੜੀ ਆ ਉਹ 15 ਡਾਲਰ ਤੋਂ ਨੂੰ ਵਧਾ ਕੇ 100 ਡਾਲਰ ਤੱਕ ਜਿਹੜੀ ਕਰ ਦਿੱਤੀ ਗਈ ਹੈ ਲੋ ਇਨਕਮ ਰੈਜ਼ਿਡੈਂਸ ਦੇ ਲਈ ਕੈਨਵਸ ਦਾ ਕਾਸਟ ਡਿਸਕ੍ਰਿਮੀਨੇਸ਼ਨ ਦਾ ਇਹ ਸਾਰੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹੈਗੇ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਗੇ ਤਾਂ ਕੈਲੀਫੋਰਨੀਆ ਤੇ ਵਿੱਚ ਪੀਜੀਐਨੀ ਦੇ ਉੱਤੇ ਪਹਿਲਾਂ ਹੀ ਬਹੁਤ ਸਾਰੇ ਜਿਹੜੇ ਦੋਸ਼ ਆ ਉਹ ਲੱਗਦੇ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਉਹਨਾਂ ਦੇ ਇਕਵਿਪਮੈਂਟ ਕਰਕੇ ਲੱਗਦੀਆਂ ਰਹੀਆਂ ਆ ਸੋ ਹੁਣ ਕੁਝ ਹੋਰ ਅੱਗਾ ਦੀ ਜ਼ਿੰਮੇਵਾਰੀ ਵੀ ਇਹਨਾਂ ਸਿਰ ਆ ਰਹੀ ਆ ਇਹਦੇ ਕਰਕੇ ਪੀਜੀਐਨਈ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੂੰ 45 ਮਿਲੀਅਨ ਡਾਲਰ ਦੀ ਪੈਨਲਟੀ ਜਿਹੜੀ ਆ ਉਹ ਲੱਗ ਸਕਦੀ ਆ ਪਬਲਿਕ ਯੂਟਿਲਿਟੀ ਕਮਿਸ਼ਨ ਕਹਿੰਦੇ ਵੀ ਉਹਨਾਂ ਦੀ ਨਜ਼ਰ ਹੈਗੀ ਆ ਪੀਜੀਐਨੀ ਦੇ ਉੱਤੇ ਵੀ ਇੰਨਾ ਕੁ ਜਿਹੜੀ ਰਾਸ਼ੀ ਐ ਇਨਾਂ ਤੋਂ ਲਈ ਜਾ ਸਕਦੀ ਆ ਡਿਕਸੀ ਫਾਇਰ ਜਿਹਦੇ ਕਰਕੇ ਪੰਜ ਕੈਲੀਫੋਰਨੀਆ ਦੀ ਕਾਉਂਟੀਜ਼ ਦੇ ਵਿੱਚ ਅੱਗ ਲੱਗੀ ਸੀ 2021 ਚ ਇਸ ਅੱਗ ਦੇ ਕਰਕੇ 1.115 ਬਿਲੀਅਨ ਡਾਲਰ ਦਾ ਖਰਚਾ ਹੋਇਆ ਸੀ ਪਲੂਮਸ ਬਿਊਟ ਲੈਸਨ ਸ਼ਾਸਤਾ ਤੇ ਟਿਹਮ ਕਾਉਂਟੀਜ਼ ਦੇ ਵਿੱਚ ਅ ਇਹ ਅੱਗ ਜਿਹੜੀ ਉਹ ਲੱਗੀ ਸੀ ਵਾਈਲਡ ਫਾਇਰ ਇਹ ਕਹਿੰਦੇ ਪੀਜੀਐਨ ਦੀ ట్రాన్స్మిਸ਼ਨ ਲਾਈਨ ਤੋਂ ਸ਼ੁਰੂ ਹੋਈ ਸੀ ਰਾਊਟ 70 ਦੇ ਨਜ਼ਦੀਕ ਕ੍ਰੈਸਟਾ ਟੈਮ ਦੇ ਲੱਗੇ ਇੱਕ ਸੁੱਕੇ ਗਲ ਰਹੇ ਜਿਹੜੇ ਟ੍ਰੀ ਆ ਉਸ ਉੱਤੇ ਜਦ ਪਾਵਰ ਲਾਈਨਸ ਡਿੱਗੀਆਂ ਸੀਗੀਆਂ ਸੋ ਹੁਣ ਜਿਹੜੀ ਪਬਲਿਕ ਯੂਟਿਲਿਟੀ ਕਮਿਸ਼ਨ ਆ ਉਹ ਸੋਚ ਰਹੀ ਆ ਵੀ ਇਹਨਾਂ ਉੱਤੇ ਜਿਹੜਾ ਭਾਰੀ ਜੁਰਮਾਨਾ ਜਿਹੜਾ ਉਹ ਪਾਇਆ ਜਾਵੇ ਪੀਜੀਐਨ ਦੇ ਸਪੋਕਸਪਰਸਨ ਨੇ ਇਹ ਕਿਹਾ ਆ ਵੀ ਅਸੀਂ ਐਕਸੈਪਟ ਕਰਦੇ ਆਂ ਕੈਲ ਫਾਇਰ ਦੀਆਂ ਜਿਹੜੀਆਂ ਫਾਈਂਡਿੰਗਸ ਆਪ ਵੀ ਜਿਹੜਾ ਟਰੀ ਫਾਲਿੰਗ ਸਾਡੀ ਪਾਵਰ ਲਾਈਨ ਦੇ ਵਿੱਚ ਜਿਹੜਾ ਵਜ੍ਹਾ ਉਹਦੇ ਕਰਕੇ ਅੱਗ ਲੱਗੀ ਤੇ ਕਹਿੰਦੇ ਵੀ ਅਸੀਂ ਉਦਾਂ ਅਸੀਂ ਇਹ ਮੰਨਦੇ ਆਂ ਵੀ ਅਸੀਂ ਸਹੀ ਢੰਗ ਦੇ ਨਾਲ ਆਪਰੇਟ ਜਿਹੜੇ ਆ ਓਵਰ ਆਲ ਕਰਦੇ ਰਹੇ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਹ ਕੋਈ ਐਵੀਡੈਂਸ ਨਹੀਂ ਕਰਦਾ ਵੀ ਪੀਜੀਐਨ ਨੇ ਜਾਣ ਬੁੱਝ ਕੇ ਜੀਆਂ ਡਿਸਰਿਗਾਰਡ ਕੀਤਾ ਇਹਨਾਂ ਰਿਸਕ ਨੂੰ ਜਿਹਦੇ ਕਰਕੇ ਡਿਕਸੀ ਫਾਇਰ ਜਿਹੜੀ ਉਹ ਲੱਗੀ ਡਿਕਸੀ ਫਾਇਰ ਦੇ ਵਿੱਚ 1300 ਬਿਲਡਿੰਗਸ ਉਹ ਨੁਕਸਾਨੀਆਂ ਗਈਆਂ ਸੀ ਇੱਕ ਫਾਇਰ ਫਾਈਟਰ ਦੀ ਮੌਤ ਵੀ ਜਿਹੜੀ ਉਹ ਹੋਈ ਸੀ ਪੰਜ ਮੈਂਬਰੀ ਪੀਯੂਸੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੈਟਲਮੈਂਟ ਆ 16 ਨਵੰਬਰ ਨੂੰ ਜਿਹੜੀ ਉਹ ਕਨਸਿਡਰ ਕਰ ਰਹੇ ਆ ਉਸ ਸੈਟਲਮੈਂਟ ਦੇ ਉੱਤੇ ਵੋਟ ਕਰਨ ਨੂੰ ਲੈ ਕੇ ਪੀਯੂ ਦੇ ਦੇ ਸਟਾਫਰ ਜਿਹੜੇ ਉਹ ਕਹਿ ਰਹੇ ਆ ਪੀਜੀਐਨ ਦੇ ਕਸਟਮਰਸ ਆ ਉਹਨਾਂ ਨੂੰ ਇਸ ਪੈਨਲਟੀ ਦਾ ਭਾਰ ਨਹੀਂ ਚੱਲਣਾ ਪਵੇਗਾ ਅਗਲੀ ਖਬਰ ਵੱਲ ਚਲੀਏ ਜਿਹੜੇ ਪੰਪਕਿਨ ਦੇ ਬੜੇ ਕੰਪੀਟੀਸ਼ਨ ਹੁੰਦੇ ਆ ਜੋ ਇਸ ਵਾਰੀ ਕੈਲੀਫੋਰਨੀਆ ਦੇ ਵਿੱਚ ਪੰਪਕਿਨ ਦਾ ਕੰਟੈਸਟ ਹੋਇਆ ਸੀ ਕਿਹੜਾ ਸਭ ਤੋਂ ਵੱਡਾ ਤੇ ਭਾਰਾ ਪੰਪਕਿਨ ਕੱਦੂ ਹੈਗਾ ਆ ਉਹ ਮਿਨੇਸੋਟਾ ਦਾ ਇੱਕ ਹਾਰਟੀਕਲਚਰ ਦਾ ਟੀਚਰ ਆ ਉਸ ਨੇ ਹੁਣ ਵਰਲਡ ਰਿਕਾਰਡ ਬਣਾਤਾ ਕੈਲੀਫੋਰਨੀਆ 'ਚ ਸੋ ਉਹਦਾ ਜਿਹੜਾ ਪੰਪਕਿਨ ਸੀ ਉਹ 2749 ਪੌਂਡ ਦਾ ਸੀ ਤੇ ਇੰਨਾ ਭਾਰਾ ਜਿਹੜਾ ਪੰਪਕਿਨ ਆ ਉਹ ਕਹਿੰਦਾ ਵੀ ਮੈਂ ਆਪਣੇ ਘਰ ਦੇ ਪਿੱਛੇ ਹੀ ਉਗਾਣਾ ਹੈਗਾ ਆ ਤੇ ਟ੍ਰਾਂਵਿਸ ਗਿੰਜਰ ਅਨੋਖਾ ਮਿਨੇਸੋਟਾ ਤੋਂ ਰਹਿਣ ਵਾਲਾ ਹੈਗਾ ਆ ਇਸ ਐਡੇ ਵੱਡੇ ਪਮਕਨ ਦੀਆਂ ਜੇ ਪਾਈਜ਼ ਬਣਾਈਆਂ ਜਾਣ ਕਹਿੰਦੇ 687 ਪਾਈਜ਼ ਇਹਦੀਆਂ ਬਣ ਗਈਆਂ ਟੀਚਰ ਜੋ 43 ਸਾਲਾਂ ਦਾ ਹੈਗਾ ਆ ਉਹ ਕਹਿੰਦਾ ਮੈਂ 30 ਸਾਲਾਂ ਤੋਂ ਪਮਕਨ ਨੂੰ ਉਗਾ ਰਿਹਾ ਕਿ ਮੈਂ ਆਪਣੇ ਫਾਦਰ ਤੋਂ ਹੀ ਸਿੱਖਿਆ ਸੀ ਉਹ ਵੀ ਇਹੀ ਕੰਮ ਕਰਦਾ ਸੀ ਪਹਿਲੀ ਇਸ ਤੋਂ ਪਹਿਲਾਂ ਜੋ 월ਡ ਰੈਕੋਰਡ ਗਿਨੀਜ਼ 월ਡ ਰੈਕੋਰਡਸ ਦੇ ਵਿੱਚ ਹੈਗਾ ਸਭ ਤੋਂ ਵੱਡੇ ਪਮਕਿਨ ਦਾ 2700 2 ਪਾਉਂਡ ਦਾ ਆ ਇਹ 2021 ਦੇ ਵਿੱਚ ਇੱਕ ਇਟਲੀ ਦਾ ਰਹਿਣ ਵਾਲਾ ਗਰੋਅਰ ਸੀ ਉਸ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਰੈਕੋਰਡ ਕੀਤਾ ਗਿਆ ਸੀ ਸੋ ਹੁਣ ਇਹ ਜੋ ਪਮਕਿਨ ਹੈਗਾ ਆ ਜੋ ਜਿੱਤਣ ਵਾਲਾ ਉਹਨੂੰ 30000 ਡਾਲਰ ਦਾ ਪ੍ਰਾਈਜ਼ ਵੀ ਮਿਲਦਾ ਹੈਗਾ 월ਡ ਰੈਕੋਰਡ ਬਣਾਉਣ ਦੇ ਵਿੱਚ ਇਸ ਐਡੇ ਵੱਡੇ ਪਮਕਨ ਨੂੰ ਹਾਫ ਮੂਨ ਵੇ ਜੋ ਸੈਰਫਰਸਕੋਰ ਦੇ ਲਾਗੇ ਟਾਊਨ ਹੈਗਾ ਉੱਥੇ ਰੱਖਿਆ ਗਿਆ ਨੈਕਸਟ ਵੀਕ ਐਂ ਤਾਈ ਜੇ ਕੋ ਵਿਜ਼ਿਟ ਕਰਨਾ ਚਾਹਦਾ ਆ ਉਥੇ ਦੇ ਸਿਟੀ ਦਾ ਆਰਟ ਤੇ ਪਮਪਕਿਨ ਫੈਸਟੀਵਲ ਦੇ ਵਿੱਚ ਇਸ ਪਮਪਕਿਨਸ ਦੀਆਂ ਇਸ ਦਾ ਦੂ ਜਿਹੜਾ ਐਡਾ ਵੱਡਾ ਉਹਦੀਆਂ ਫੋਟੋਆਂ ਖਿੱਚ ਸਕਦਾ ਹੈ ਜੀ ਉਹਦੇ ਨਾਲ ਵੀ ਖਿੱਚ ਸਕਦਾ ਚੱਕ ਤਾਂ ਸ਼ਾਇਦ ਨਹੀਂ ਹੋਣਾ ਕਿਉਂਕਿ 20000 ਪਾਉਂਡ ਦਾ ਇਹ ਤੁਸੀਂ ਤਾਂ ਤੁਸੀਂ ਦੱਸਿਆ ਹੈ ਅਗਲੀ ਗੱਲ ਕਰਦੇ ਜਾਈਏ ਬਾਈਡਨ ਹੁਣਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਨੂੰ ਅੱਜ ਇੰਟਰਵਿਊ ਕੀਤਾ ਗਿਆ ਸਪੈਸ਼ਲ ਕਾਉਂਸਲ ਦੇ ਦੁਆਰਾ ਜਿਹੜੀ ਕਲਾਸੀਫਾਈਡ ਡਾਕੂਮੈਂਟਸ ਦੀ ਪ੍ਰੋਬ ਚੱਲ ਰਹੀ ਹੈ ਜਿਹੜੀ ਇਹਨਾਂ ਦੇ ਘਰੋਂ ਕਈ ਮਹੀਨੇ ਪਹਿਲਾਂ ਜਿਹੜੀ ਲੱਭੀ ਸੀ ਉਸ ਦੇ ਬਾਬਤ ਪ੍ਰੈਜ਼ੀਡੈਂਟ ਐਤਵਾਰ ਨੂੰ ਤੇ ਸੋਮਵਾਰ ਸਪੈਸ਼ਲ ਕਾਉਂਸਲ ਰੌਬਰਟ ਹਰ ਜਿਨ੍ਹਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਸ ਸਾਲ ਲਗਾਇਆ ਗਿਆ ਸੀ ਇੱਕ ਕਲਾਸੀਫਾਈਡ ਡਾਕੂਮੈਂਟਸ ਦੀ ਜਿਹੜੀ ਜਾਂਚ ਕਰਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸਪੈਸ਼ਲ ਕਾਉਂਸਲ ਰੌਬਰਟ ਹਰ ਨੇ ਕਿਹਾ ਵੀ ਪ੍ਰੈਜ਼ੀਡੈਂਟ ਨੂੰ ਇੰਟਰਵਿਊ ਕੀਤਾ ਗਿਆ ਇਸ ਜਾਂਚ ਦੇ ਜਿਹੜਾ ਚੱਲਦੇ ਆ ਇਹ ਵੌਲੰਟੀਅਰ ਇੰਟਰਵਿਊ ਸੀਗੀ ਜਿਹੜੀ ਕੰਡਕਟ ਕੀਤੀ ਗਈ ਵਾਈਟ ਹਾਊਸ ਦੇ ਵਿੱਚ ਹੀ ਜਿਹੜੇ 2 ਦਿਨਾਂ ਦੇ ਵਿੱਚ ਸੋ ਕਹਿੰਦੇ ਵੀ ਇਹ ਜਿਹੜਾ ਉਹ ਦੱਸਿਆ ਉਹ ਕਹਿ ਰਹੇ ਆ ਵੀ ਅਸੀਂ ਇਸ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਕੰਮ ਜਿਹੜਾ ਆ ਉਹ ਕਰ ਰਹੇ ਆ ਸੋ ਪ੍ਰੈਜ਼ੀਡੈਂਟ ਹੁਣਾਂ ਦੇ ਵੱਲੋਂ ਇਹ ਜਿਹੜਾ ਆਫਿਸ ਆਇਆ ਆ ਨਿਊਯਾਰਕ ਟਾਈਮਜ਼ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀ ਵੀ ਪ੍ਰੈਜ਼ੀਡੈਂਟ ਹੁਣਾਂ ਦੀ ਇੰਟਰਵਿਊ ਕੀਤੀ ਗਈ ਆ ਉਹਨਾਂ ਦੇ ਕੋਲੋਂ ਪੁਸ਼ਗਿਸ਼ ਹੋਈ ਆ ਸਪੈਸ਼ਲ ਕਾਉਂਸਲ ਰੌਬਰਟ ਹਰਡੇ ਦੁਆਰਾ ਜਿਹੜੀ ਕਲਾਸੀਫਾਈਡ ਡਾਕੂਮੈਂਟਸ ਆ ਉਸ ਦੀ ਜਾਂਚ ਦੇ ਚੱਲਦਿਆਂ ਇਜਨਾਂ ਦੇ ਵਿੱਚ ਇੱਕ ਗਰੋਸਰੀ ਸਟੋਰ ਲੱਕੀ ਸਟੋਰ ਨਿਕਲਿਆ ਇਸ ਵਾਰੀ ਜਿੱਥੇ ਇੱਕ ਲੋਟਰੀ ਪਾਵਰ ਵਾਲ ਜੈਕਪੌਟ ਜੋ ਹੈਗਾ ਆ ਉਹਦਾ ਇੱਕ ਲੱਕੀ ਪੋਇਨਰ ਵੀ ਲਿਖਿਆ ਨਿਕਲਿਆ ਹੈਗਾ ਈਵਨ ਦੋ ਜੋ ਜੈਕਪੌਟ ਆ ਇਸ ਬੁੱਧਵਾਰ ਨੂੰ 1.4 ਬਿਲੀਅਨ ਡਾਲਰ ਦਾ ਜਿਹਦੇ ਛੇ ਨੰਬਰ ਮਿਲਣਗੇ ਪਰ ਗੋਲਡਨ ਸਟੇਟ ਦੇ ਵਿੱਚ ਹਜ਼ਾਰਾਂ ਹੀ ਕਹਿੰਦੇ ਲੋਟਰੀ ਰੀਟੇਲਰਸ ਹੈਗੇ ਜਿਨ੍ਹਾਂ ਸੈਵਨ 11 ਸਟੋਰ ਗੈਸ ਸਟੇਸ਼ਨਸ ਹੋਰ ਜਿਹੜੇ ਗ੍ਰੋਸਰੀ ਸਟੋਰਸ ਹੈਗੇ ਆ ਫਰिजनੋ ਦੇ ਬੋਨਸ ਗ੍ਰੋਸਰੀ ਸਟੋਰ ਜੋ ਨਾਰਥ-ਈਸਟ ਫਰिजनੋ ਦੇ ਵਿੱਚ ਹੈਗਾ ਆ ਉੱਥੇ ਮੈਗਾ ਮਿਲੀਅਨ ਟੈਕਟ ਸੋਲਡ ਕੀਤੀ ਗਈ 4.2 ਮਿਲੀਅਨ ਦੀ ਤੇ ਜਿਹਦੇ ਵਿੱਚ ਪੰਜ ਦਾ ਛਿਆਂ ਚੋਂ ਉਹਦੇ ਜਿਹੜੇ 5 ਨੰਬਰ ਆ ਉਹੋ ਮੈਚ ਕੀਤੇ ਹੈਗੇ ਜੀ ਅਗਲੀ ਜਿਹੜੀ ਗੱਲ ਕਰਨੀ ਚਾਹੀਏ ਆ ਬੀਤੇ ਦਿਨੀ ਕਲੋਵਸਟ ਦੇ ਵਿੱਚ ਇੱਕ ਹੈੱਡ-ਆਨ ਕ੍ਰੈਸ਼ ਹੋਇਆ ਅ ਤੇਸਲਾ ਜਿਹੜੀ ਸੀਗੀ ਗੱਡੀ ਤੇ ਇੱਕ ਦੂਜੇ ਪਾਸੇ ਜਿਹੜਾ ਉਹ ਟਰੱਕ ਸੀ ਇਸ ਐਕਸੀਡੈਂਟ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਆ 32 ਸਾਲਾ ਬਿਲੀ ਕੋਪਲ ਪ੍ਰੇਥਰ ਦਾ ਜਿਹੜਾ ਉਹ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਵੀ ਇਹ ਆਪਣਾ ਸਿੱਧਾ ਲਾਸਟ ਕਰਕੇ ਕੰਟਰੋਲ ਲਾਸ ਕਰਕੇ ਹਾਈਵੇ 168 ਦੇ ਉੱਤੇ ਦੂਜੇ ਪਾਸੇ ਆ ਰਿਹਾ ਉਹ ਰਾਤ ਸਾਲਾ ਜਿਹੜਾ ਮੈਂ ਉਹ ਵੀ ਪ੍ਰੇਥਰ ਤੋਂ ਸੀਗਾ ਜੋ ਕਿ ਆਪਣੇ ਪਿਕਅਪ ਚ ਸੀਗਾ ਉਹਦੇ ਵਿੱਚ ਜਾਵਜਾ ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਟੈਸਲਾ ਦੀ ਗੱਡੀ ਆ ਜਿਹੜਾ 32 ਸਾਲਾਂ ਦੇ ਇਸ ਮੁੰਡੇ ਦੀ ਉਸ ਨੂੰ ਅਗ ਲੱਗ ਗਈ ਤੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਸੋ ਉਸ ਦੀ شناخت ਜਿਹੜੀ ਉਹ ਕਰ ਲਈ ਗਈ ਆ ਸੋ ਇਹ ਹਰਜੋਤ ਸਿੰਘ ਜੀ ਟੈਸਲਾ ਦੇ ਵਿੱਚ ਨੋ ਡਾਊਟ ਇੱਕ ਬਹੁਤ ਮੰਨੀ ਪਰਮੰਨੀ ਗੱਡੀ ਮੰਨੀ ਜਾਂਦੀ ਆ ਅ ਕੁਝ ਮਹੀਨੇ ਪਹਿਲਾਂ ਆਪਣੇ ਵੀ ਜਿਹੜੇ ਦੋ ਮੁੰਡੇ ਇਦਾਂ ਹੀ ਇੱਕ ਐਕਸੀਡੈਂਟ ਦੇ ਵਿੱਚ ਟੈਸਲਾ 'ਚ ਹੀ ਸੀਗੇ ਉਹ ਉਹ ਹਾਦਸੇ ਦਾ ਸ਼ਿਕਾਰ ਹੋਏ ਸੀ ਉਹਨਾਂ ਦੀ ਮੌਤ ਹੋ ਗਈ ਸੀ ਇਹ ਨਹੀਂ ਆ ਬਾਕੀ ਗੱਡੀਆਂ 'ਚ ਵੀ ਬਹੁਤ ਸਾਰੇ ਜਿਹੜੇ ਉਹ ਹਾਦਸੇ ਹੁੰਦੇ ਰਹਿੰਦੇ ਮੌਤਾਂ ਹੁੰਦੀਆਂ ਰਹਿੰਦੀਆਂ ਪਰ ਇਵੈਂਚੁਅਲੀ ਜਦੋਂ ਟੈਸਲਾ ਦੀ ਖਾਸ ਕਰਕੇ ਗੱਲ ਆਉਂਦੀ ਆ ਤਾਂ ਉਦੋਂ ਥੋੜੀ ਜੀ ਅ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਜਾਦਾ ਆਪਾਂ ਸੁਣਦੇ ਜੀ ਪੀ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਖਾਸ ਕਰਕੇ ਸਾਡੇ ਜਿਹੜੇ ਭੈਣ ਭਰਾ ਸਮਾਲ ਬਿਜ਼ਨਸ ओनर्स ਆ ਗੈਸ ਸਟੇਸ਼ਨ ਲੱਕ ਸਟੋਰ ਦੋਸੀ ਸਟੋਰ 711 ਫੂਡ ਸਟੋਰ ਵਾਲੇ ਬਹੁਤ ਜਿਆਦਾ ਜਿਹੜਾ ਕ੍ਰਾਈਮ ਵਧ ਗਿਆ ਆ ਪਲੀਜ਼ ਇਦਾਂ ਦੀ ਕੋਸ਼ਿਸ਼ ਨਾ ਕਰੋ ਜੇ ਕੋ ਤੁਹਾਨੂੰ ਲੁੱਟਣ ਆਦਾ ਆ ਉਹਦੇ ਪਿੱਛੇ ਨਾ ਭਜਿਓ ਅ ਕੱਲ ਰੀਓਲਿੰਡਾ ਦੇ ਵਿੱਚ ਇੱਕ 711 ਨੂੰ ਸਮੈਸ਼ ਐਂਡ ਗ੍ਰੈਬ ਕੀਤਾ ਗਿਆ ਪੂਰੇ ਉਹਦੀਆਂ ਜਿਹੜੀਆਂ ਤਾਕੀਆਂ ਵਿੰਡੋਜ਼ ਆ ਉਹ ਤੋੜ ਦਿੱਤੀਆਂ ਗਈਆਂ ਪੂਰਾ ਉਸ ਸਟੋਰ ਨੂੰ ਲੁੱਟ ਲਿਆ ਗਿਆ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਪੰਜਾਬੀ ਮੁੰਡੇ ਦੀ ਜਿਹੜੀ ਆ ਉਹਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਉਹਦੇ ਲਈ ਸਪੈਸ਼ਲ ਰਿਪੋਰਟ ਬਾਅਦ ਦੇ ਵਿੱਚ ਰਾਜਕਨਵੀਰ ਸਿੰਘ ਹੁਣੀ ਪੇਸ਼ ਕਰਨਗੇ ਸੋ ਬਹੁਤ ਹੀ ਜਿਹੜਾ ਮਾਹੌਲ ਆ ਕ੍ਰਾਈਮ ਬਹੁਤ ਜ਼ਿਆਦਾ ਵਧ ਗਿਆ ਆ ਸੋ ਸਾਰੇ ਜਾਨੇ ਬੜੇ ਧਿਆਨ ਦੇ ਨਾਲ ਜਿਹੜੇ ਖਾਸ ਕਰਕੇ ਇਦਾਂ ਦੇ ਬਿਜ਼ਨਸ ਚ ਕਿਉਂਕਿ ਬਹੁਤ ਹਾਈ ਰਿਸਕ ਬਿਜ਼ਨੈਸਸ ਹੈਗੇ ਆ ਧਿਆਨ ਦੇ ਨਾਲ ਆਪਣੀ EMPLOYEES ਜਿਹੜੇ ਆ ਉਹਨਾਂ ਨੂੰ ਟ੍ਰੇਨ ਕਰੋ ਤੇ ਧਿਆਨ ਦੇ ਨਾਲ ਜਿਹੜੇ ਉਹ EMPLOYEES ਆ ਉਹ ਉਹ ਆਪਣੇ ਜਿਹੜੇ ਆ ਉਹਨਾਂ ਨੂੰ ਉੱਥੇ ਜਿਹੜਾ ਆ ਰੱਖੋ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨ ਕਰੋ ਜੀ ਤੇ ਜਾਣ ਤੋਂ ਪਹਿਲਾਂ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ ਤਾਂ ਇਸ ਦੇ ਵਿੱਚ ਅੱਜ ਜਿਹੜੇ ਦਿਨ ਦੀ ਸ਼ੁਰੂਆਤ ਪਹਿਲਾਂ ਮਾਰਕੀਟ ਥੱਲੇ ਗਈ ਸੀ ਪਰ ਇਵੈਂਚੁਅਲੀ ਜਿਹੜੀ ਉਹ ਕੈਚ ਅਪ ਕਰ ਗਈ ਤੇ ਡਾਉਜੋਨ 197 ਪੁਆਇੰਟ ਵੱਧ ਕੇ ਅੱਜ 33600 ਤੇ 5 ਤੇ ਬੰਦ ਹੋਇਆ ਐਸ ਐਨ ਪੀ 27 ਪੁਆਇੰਟ ਵੱਧ ਕੇ 43136 ਤੇ ਨੈਸਟੈਕ 53 ਪੁਆਇੰਟ ਵੱਧ ਕੇ 13484 ਦੇ ਉੱਤੇ ਸੋਨੇ ਦਾ ਭਾਅ 1877 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 86 ਡਾਲਰ ਪ੍ਰਤੀ ਬੈਲ ਰਹੀ ਆ ਟੈਨ ਈਅਰ ਯੀਲਡ 4.65% ਕ੍ਰਿਪਟੋਕਰੈਂਸੀ ਵਿੱਚ ਬਿਟਕੋਇਨ 27562 ਇਥੀਰੀਅਮ 1576 ਯੂ ਐਸ ਡਾਲਰ ਦੇ ਬਰਾਬਰ ਚੱਲ ਰਿਹਾ ਇੱਕ ਯੂ ਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 25 ਪੈਸੇ ਰਹੇ ਆ ਇੱਕ ਯੂ ਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ 38 ਪੈਸੇ ਤੇ ਇੱਕ ਯੂ ਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 36 ਸੈਂਟ ਤੇ ਜਾਂਦੇ ਜਾਂਦੇ ਜਿਹੜੀ ਤੁਸੀਂ ਕਲੌਬਸਲੀ ਇੱਕ ਲਿਕ ਸਟੋਰ ਦੀ ਲਾਟੋ ਦੀ ਗੱਲ ਕੀਤੀ ਸੀ ਜਿੱਥੋਂ ਬੀਨਰ ਨਿਕਲੇ ਆ ਉਹ ਬੈਲੀ ਲਿਕ ਕਰ ਮਨਜੀਤ ਸਿੰਘ ਕਲਾਰ ਹੋਂ ਦਾ ਉਹ ਸਟੋਰ ਹੈਗਾ ਆਪਣੇ ਰੇਡੀਓ ਦੇ ਵੀ ਬੜੇ ਸਪੋਰਟਰ ਆ ਸੋ ਉਹ ਨਾਲ ਹੁਣ ਪਾਰਟੀ ਹੋ ਗਈ ਆ ਠੀਕ ਹੈ ਜੀ ਜੀ ਬਿਲਕੁਲ ਤੇ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ ਸਾਡੇ ਉਹਨਾਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਕੀ ਜੀ ਸਤਿ ਸ੍ਰੀ ਅਕਾਲ ਜੁਨਵਾਸੀ ਰਵਾਸਤੇ ਖੇਲਦੇ ਰਸਟੰਡਰ ਪੰਜਾਬੀ ਰੇਡੀਓ ਯੂ ਐਸ ਐਸ